ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ, ਉਮੀਦ ਕਰਦੀ ਹਾਂ ਸਾਰੇ ਜਾਣੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵਾਗਤ ਹੈ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਜੁਝਾਰ ਸਿੰਘ ਜੀ, ਫੁੱਲ ਖੁਸ਼ ਹੋ ਰਹੇ ਨੇ ਤੇ ਆਪਾਂ ਜਾ ਰਹੇ ਹਾਂ ਮੂਵੀ ਦੇਖਣ, ਅਰਦਾਸ ਅਰਦਾਸ ਟੂ ਦੇਖੀ ਥ੍ਰੀ ਅਰਦਾਸ ਥ੍ਰੀ ਵਨ ਵੀ ਦੇਖੀ ਸੀ, ਟੂ ਵੀ ਦੇਖੀ ਸੀ, ਬਹੁਤ ਸੋਹਣੀ ਮੂਵੀ ਹੁੰਦੀ ਹੈ ਇਹ, ਤੇ ਅੱਜ ਆਪਾਂ ਦੇਖਣ ਜਾ ਰਹੇ ਹਾਂ। ਮਸਾਂ ਟਾਈਮ ਕੱਢਿਆ, ਵੈਸੇ ਤਾਂ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੀ ਚੱਲ ਰਿਹਾ ਸੀ ਆਪਣਾ, ਟੋਟਲੀ ਟੂ ਮੱਚ, ਤੇ ਮਸਾਂ ਟਾਈਮ ਕੱਢਿਆ ਆਪਾਂ, ਠੀਕ ਹੈ। ਤੇ ਲਾਸਟ ਟਾਈਮ ਤੇ ਮੈਨੂੰ ਲੱਗਦਾ ਰਿੱਕੀ ਨੇ ਇਹੀ ਕਹਿਤਾ ਸੀਗਾ ਵੀ ਸ਼ਾਇਦ ਕੈਂਸਲ ਹੋ ਜਾਏ, ਦੇਖ ਯਾਰ ਪੂਰਾ ਖੁਸ਼ ਆ, ਇਹ ਮੂਵੀ ਦੇਖਣ ਜਾਣਾ, ਫੁੱਲ ਖੁਸ਼ ਆ, ਫੁੱਲ ਇੰਜੋਏ ਕਰ ਰਿਹਾ, ਹੈਨਾ ਮੈਂ ਤਾਂ। ਹਾਂਜੀ ਜੂ ਯਾਰ ਕੰਘ ਝਿੜਪੀ ਮੰਮਾ ਨੂੰ, ਜੂ ਯਾਰ ਨੇ ਪੜਕੀ ਬਣ ਲਈ, ਬੜਾ ਬੜਾ ਹੱਥ ਹੋਇਆ ਜੁਝਾਰ ਨੂੰ ਵੀ ਆਉਂਦਾ ਸੀ, ਪਟਕੀ ਬਣ ਲਈ ਆ ਭਾਈ ਜੁਝਾਰ ਸਿੰਘ ਜੀ ਨੇ ਸਾਡੇ ਨੇ, ਛੋਟੇ ਖਾਲਸਾ ਜੀ ਬਣ ਗਏ ਨੇ ਅੱਜ ਇਹ, ਹੈਨਾ ਜੁਝਾਰ ਸਿੰਘ ਜੀ। ਨੋ ਦੇਖੋ ਮਰਵਾਇਆ ਨੱਕ ਤੇ, ਨਾਲੇ ਇੱਧਰ ਅੱਖ ਕੋਲੇ, ਬਹੁਤ ਸ਼ਰਾਰਤੀ ਬੱਚਾ ਬਣ ਚੁੱਕਿਆ ਹੁਣ ਇਹ, ਇਹਦੇ ਪਾਪਾ ਵੀ ਬੜੇ ਸ਼ਰਾਰਤੀ ਹੁੰਦੇ ਸੀ ਕਹਿੰਦੇ ਛੋਟੇ ਹੁੰਦੇ, ਭਾਈ ਬਿਆਨ ਤੇ ਰੋੜਨਾ ਨੀ ਸੀ ਆਉਂਦਾ ਇਹਦੇ ਡੈਡੀ ਨੂੰ ਜੁਝਾਰ ਦੇ ਨੂੰ, ਨਹੀਂ ਇੱਕ ਲੱਤ ਜੀ ਵਿੱਚ ਉਹ ਕਰ ਲੈਂਦੇ, ਇੱਕ ਸੜਕੇ ਉਹ ਕਰਦੇ ਹੁੰਦੇ ਸੀਗੇ ਗੋਡਿਆਂ ਭਾਰ ਨੀ, ਜੁਝਾਰ ਵੀ ਉਵੇਂ ਕਰਦਾ, ਸੇਮ ਸੇਮ ਆ ਇਹਦੇ ਚ ਵੀ ਲੱਛਣ। ਜੀ ਆਪਾਂ ਪਹੁੰਚ ਗਏ ਜੀ ਸਿਨੇਮਾ, ਹੁਣ ਆਪਾਂ ਲੈਂਦੇ ਹਾਂ ਟਿਕਟਾਂ ਬਾਈ, ਆਪਾਂ ਲੈਂਦੇ ਹਾਂ ਜਾ ਕੇ ਟਿਕਟਾਂ, ਰਣਵਿੰਦਰ ਸਿੰਘ ਦੇ ਨਾਮ ਤੇ ਦੋ ਟਿਕਟਾਂ ਨੇ ਜੂਜੂ, ਲਓ ਬਈ ਅਸੀਂ ਟਿਕਟਾਂ ਲੈ ਲਈਆਂ, ਹੁਣ ਅਸੀਂ ਜਾਂਦੇ ਹਾਂ ਮੂਵੀ ਦੇਖਣ, ਨਹੀਂ ਸਹੀ ਆ ਇੱਧਰ ਦੇਖੋ ਸਹੀ ਆ, ਸਮਾਈਲ ਕਰ ਲਓ। ਇੱਧਰ ਵੀਰ ਜੀ ਕੀ ਕਹਿੰਦੇ ਨੇ ਜੁਝਾਰ ਨੂੰ, ਜੁਝਾਰ ਦੇ ਵੀਰ ਜੀ ਕੀ ਕਹਿੰਦੇ ਨੇ ਇੱਧੜ, ਦੇਖੀ ਦੇਖੀ ਤੁਹਾਨੂੰ ਦੇਖਦੇ ਨੇ ਗੁਣਤਾਜ, ਤੁਹਾਨੂੰ ਦੇਖਦੇ ਆ ਵੀ ਮੇਰੇ ਵੀਰ ਜੀ ਬੈਠੇ ਨੇ, ਹਾਂ ਪਿਆਰ ਕਰਦੇ ਆ ਵੀਰ ਜੀ ਨੂੰ, ਠੀਕ ਹੈ ਕਾਲੋ ਕਾਲੋ ਦਾਦੀ ਕੋਲੋਂ ਰੋਟੀਆਂ ਖਾ ਲਓ ਦੋਨੇ ਜਾਣੇ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂ ਮਿੱਠੀ ਨੀ ਖਾਂਦਾ, ਮਿੱਠੀ ਨਾਲ ਭੁੱਖ ਵੀ ਮਰਦੀ ਹੈ ਬੱਚੇ ਦੀ ਪਤਾ, ਹਾਂ ਬੁਲਾਉਂਦਾ ਮੰਮੀ ਦਾਜ ਨੂੰ, ਦੇਖਿਓ ਪਿਆਰ ਕਰਦਾ ਗੁਰਦਾਸ ਨੂੰ ਪੂਰਾ, ਪਤਾ ਵੀ ਮੇਰਾ ਭਰਾ ਗਾ ਹਨਾ। ਹੈਲੋ ਚੀਕੂ, ਹਾਵ ਯੂ, ਕੈਸੇ ਹੋ ਆਪ ਚੀਕੂ, ਕਿਆ ਹਾਲ ਚਾਲ ਹੈ ਆਪਕੇ, ਹਾਲ ਕਿਆ ਹੈ ਜਨਾਬ ਕਾ। ਹਾਂਜੀ ਤੁਹਾਡੇ ਦਾਦਾ ਜੀ ਨੇ ਬਹੁਤ ਵਧੀਆ ਗੱਲ ਕੀਤੀ, ਚੀਕੂ ਜੀ ਨੂੰ ਪੱਖਾ ਲਗਾ ਤਾ ਤੇ ਚੀਕੂ ਜੀ ਤਾਂ ਮਜ਼ੇ ਮੈਂ ਫਿਰਦੇ ਨੇ, ਚੀਕੂ ਚਾਂਬਲਾ ਫਿਰਦਾ ਤਾਂ ਆ, ਦੇਖ 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 ਦੇਖ, ਚੀਕੂ ਜੀ ਕੀ ਹਾਲ ਹੈ, ਉਹ ਕਹਿੰਦਾ ਛੇਤੀ ਮੈਨੂੰ ਦਿਖਾਓ ਜੁਝਾਰ ਕਹਿੰਦਾ, ਹਾਂਜੀ ਚੀਕੂ ਬਈ ਅੱਜ ਸੰਡੇ ਨੂੰ ਵੀ ਘਰੇ
ਖੜਿਆ ਨਹੀਂ ਗਿਆ ਸਾਡੇ ਤੋਂ, ਕਿਉਂਕਿ ਅਸੀਂ ਲੈਣੀ ਸੀ ਪਾਰਟੀ ਦਮਨ ਤੋਂ ਬਰਥਡੇ ਦੀ, ਤਾਂ ਉਹ ਅਸੀਂ ਲੈ ਆਏ। ਪਹਿਲਾਂ ਅਸੀਂ ਖਾਧਾ ਬਰਗਰ, ਫਿਰ ਅਸੀਂ ਪੀਤੀ ਕੌਫੀ, ਹੁਣ ਅਸੀਂ ਫਿਰ ਭੂਆ ਵੱਡੇ ਫੁੱਫੜ ਕੇ ਭੂਆ ਕੇ ਘਰੇ ਖੜ ਕੇ ਚਾਹ ਪੀ ਕੇ ਹੁਣ ਆਪਾਂ ਚੱਲੇ ਹਾਂ ਵਾਪਸੀ ਤੇ ਘਰੇ। ਅੱਜ ਜਿਹੜਾ ਹੈਗਾ ਸਰੀਰ ਜਿਹਾ ਸੁਸਤ ਜਿਹਾ ਹੋਇਆ ਪਿਆ ਹੈਗਾ, ਫੁੱਲ ਸੁਸਤੀ ਘਰ ਨੂੰ। ਠੀਕ ਆ, ਘਰੇ ਜਾ ਕੇ ਦੇਖਦੇ ਆ, ਜੇ ਰੈਸਟ ਹੋਈ ਤਾਂ ਠੀਕ ਆ, ਜੇ ਕੋਈ ਕੰਮ ਕਾਰ ਹੋਏ ਸਾਨੂੰ ਤਾਂ ਉਹ ਕਰ ਲਾ। ਠੀਕ ਆ, ਬਾਕੀ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਨੇ, ਕਾਫੀ ਸਾਰੇ ਕੁਐਸਚਨਸ ਨੇ ਤੁਹਾਡੇ ਜਿਨ੍ਹਾਂ ਦਾ ਮੈਂ ਰਿਪਲਾਈ ਕਰਨਾ। 2-3 ਵਲੌਗ ਲੰਘ ਗਏ ਆ, ਤੁਹਾਡਾ ਕਿਸੇ ਦਾ ਰਿਪਲਾਈ ਨਹੀਂ ਹੋਇਆ। ਪਹਿਲੀ ਗੱਲ ਤਾਂ ਆਪਾਂ ਕੱਲ੍ਹ ਮੂਵੀ ਦੇਖ ਕੇ ਆਏ ਸੀਗੇ ਜੀ। ਮੂਵੀ ਕਿਹੜੀ ਦੇਖ ਕੇ ਆਏ ਸੀ? ਅਰਦਾਸ। ਬਹੁਤ ਸੋਹਣੀ ਮੂਵੀ ਸੀ, ਉਹਦੇ ਰਿਵਿਊ ਦਿੰਦੇ ਆ, ਵਧੀਆ ਸੀਗੀ। ਪੋਜ਼ਿਟਿਵਿਟੀ ਜੀ ਆਉਂਦੀ ਆ ਨਾ ਰਿੱਕੀ, ਨੈਗੇਟਿਵਿਟੀ ਜੇ ਆਪਣੀ ਲਾਈਫ 'ਚ ਹੈਗੀ ਆ ਤਾਂ ਆਪਾਂ ਮੂਵੀ ਦੇਖ ਕੇ ਕੁਛ ਪੋਜ਼ਿਟਿਵਿਟੀ ਆਉਂਦੀ ਆ ਵੀ ਹਾਂ ਯਾਰ। ਹਾਂ, ਬਟ ਉਹ ਗੱਲਾਂ ਨੂੰ ਯਾਦ ਰੱਖੇ ਤੋਂ, ਜੇ ਆਪਾਂ ਭੁੱਲ ਗਏ ਫਿਰ ਤਾਂ ਬਸ। ਉਹ ਗੱਲਾਂ ਹਮੇਸ਼ਾ ਯਾਦ ਰੱਖੋ, ਉਹਦੇ ਵਿੱਚ ਦਿਖਾਇਆ ਸਾਰਾ ਕੁਛ ਹੈ ਨਾ, ਵੀ ਵਾਹਿਗੁਰੂ ਤੋਂ ਵੱਡਾ ਕੁਛ ਵੀ ਨਹੀਂ ਹੈਗਾ, ਪਰਮਾਤਮਾ। ਠੀਕ ਹੈ, ਤਾਂ ਆਪਾਂ ਨੂੰ ਕਹਿੰਦੇ ਆਪਾਂ ਕੁਛ ਵੀ ਕਰੀਏ ਆਪਾਂ ਨੂੰ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ, ਕਿੱਡੇ ਮਰਜ਼ੀ ਵੱਡੇ ਬਣ ਜੀ। ਇਹ ਨਾ ਸਮਝੋ ਵੀ ਆਪਾਂ ਹੀ ਪਰਮਾਤਮਾ, ਆਪਾਂ ਕਦੇ ਨਹੀਂ, ਜੋ ਪਰਮਾਤਮਾ ਨੇ ਲਿਖਤਾ ਉਹ ਲਿਖਤਾ। ਤਾਂ ਜ਼ਰੂਰ ਦੇਖ ਕੇ ਆਇਓ, ਜਿਹਨੂੰ ਵੀ ਆਪਦੀ ਫੈਮਿਲੀ ਵਾਲੀ ਮੂਵੀ ਆ, ਠੀਕ ਹੈ, ਅਤੇ ਆਪਦੀ ਫੈਮਿਲੀ ਨਾਲ ਜਾ ਕੇ ਤੁਸੀਂ ਦੇਖ ਸਕਦੇ ਹੋ, ਵਧੀਆ ਮੂਵੀ ਆ, ਸੋਹਣੀ ਬਣੀ ਹੋਈ ਆ, ਅਤੇ ਸਾਨੂੰ ਤਾਂ ਬਹੁਤ ਵਧੀਆ ਲੱਗੀ, ਤੁਹਾਨੂੰ ਵੀ ਵਧੀਆ ਲੱਗੂਗੀ, ਤਾਂ ਜ਼ਰੂਰ ਦੇਖਿਓ। ਹੁਣ ਜੁਝਾਰ ਦੇਖ, ਹੁਣ ਤੁਸੀਂ ਗਾਇਸ ਜੁਝਾਰ ਨੂੰ ਦੇਖ ਲਓ। ਹੁਣ ਆਪਾਂ ਚੱਲੇ ਹਾਂ ਘਰ ਨੂੰ, ਠੀਕ ਆ। ਬਰਨਾਲੇ ਆਏ ਹੋਏ ਸੀਗੇ ਆਪਾਂ, 12 ਵਜੇ ਆ ਗਏ ਸੀਗੇ, ਅਤੇ ਟਾਈਮ ਹੋ ਗਿਆ, ਮਤਲਬ 1:30 ਹੋ ਗਏ ਹੁਣ, ਇਹਨਾਂ ਦੀ ਕਿਰਕੀ 6:45 ਹੋ ਗਿਆ। ਹੁਣ ਆਪਾਂ ਚੱਲੇ ਹਾਂ ਘਰ ਨੂੰ, ਠੀਕ ਹੈ। ਘਰੇ ਜਾ ਕੇ ਦੇਖਦੇ ਹਾਂ ਕੰਮ ਕਾਰ, ਕੱਪੜੇ ਕੁੱਪੜੇ ਧੋਤੇ ਹੋਏ ਨੇ, ਉਹ ਸਾਂਭਣ ਵਾਲੇ ਪਏ ਆ, ਉਹ ਸਾਂਭ ਲਾਂਗੇ। ਠੀਕ ਹੈ, ਜੁਝਾਰ ਨੂੰ ਵੀ ਪਹਿਲਾਂ ਲੈ ਜਾਂਗੇ, ਖੇਡ ਲੂਗਾ ਥੋੜ੍ਹਾ। ਹਾਂਜੀ ਬਈ, ਅਤੇ ਅੱਜ ਮੈਂ ਇੱਕ ਹੋਰ ਨਵਾਂ ਸੂਟ ਬਣਾਇਆ, ਠੀਕ ਆ। ਇਹਦੇ ਨਾਲ ਦਾ ਇੱਕ ਸੂਟ ਆਪਣੇ ਕੋਲ ਪਿਆ, ਜੇ ਕਿਸੇ ਨੇ ਬਾਏ ਕਰਨਾ ਹੋਇਆ ਤਾਂ ਦੱਸ ਸਕਦੇ ਹੋ, ਤੁਸੀਂ ਲੈ ਸਕਦੇ ਹੋ ਇਹਦੇ ਨਾਲ ਦਾ, ਬਿਕੋਜ਼ ਹੁਣ ਆਪਾਂ ਸੂਟ ਹੀ ਪਾਉਣੀ ਹੁੰਦੀ ਹਾਂ ਫਿਰ ਮੈਂ ਹੁਣ ਬੁਟੀਕ 'ਤੇ, ਵੈਸੇ ਵੀ ਮੈਂ ਸੂਟ ਹੀ ਪਾ ਕੇ ਰੱਖਦੀ ਹਾਂ। ਕਿਸੇ ਨੇ ਵੀ ਬਾਏ ਕਰਨਾ ਹੋਇਆ ਤਾਂ ਜ਼ਰੂਰ ਦੱਸਿਓ, ਕਿਸੇ ਨੇ ਵੀ ਬਾਈ ਸੂਟ ਬਾਏ ਕਰਨਾ ਹੋਇਆ ਤਾਂ ਦੱਸ ਸਕਦੇ ਹੋ ਤੁਸੀਂ, ਠੀਕ ਹੈ ਜੀ। ਜੁਝਾਰ ਸਿੰਘ ਜੀ ਨੇ ਕੀਤੀ ਹੈ ਚੂੜੀ। ਅੱਜ ਅਸੀਂ ਬੁਟੀਕ 'ਤੇ ਆ ਕੇ, ਸਾਨੂੰ 2-3 ਕੰਮ ਸੀਗੇ, ਅਸੀਂ ਕੰਮ ਕਰਨ ਚਲੇ ਗਏ ਸੀਗੇ, ਠੀਕ ਹੈ। ਅਤੇ ਆਪਾਂ ਕੋਟ ਪੈਂਟ ਵਗੈਰਾ ਸਟਿੱਚ ਕਰਨਾ ਦੇ ਆਏ ਮਲੇਰਕੋਟਲੇ, ਹੈ ਨਾ ਰਿੱਕੀ। ਵਧੀਆ, ਸਾਡੇ ਮੁੰਡੇ ਦਾ ਹੈਗਾ ਵਿਆਹ, ਅਤੇ ਸਾਨੂੰ ਗੋਡੇ ਗੋਡੇ ਚਾਹ 'ਤੇ ਅਸੀਂ ਸਾਰੇ ਜਾਵਾਂਗੇ ਰਿੱਕੀ, ਅਸੀਂ ਸਾਰੇ ਜਾਵਾਂਗੇ, ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਦੇ ਮੰਗ ਲਿਆਵਾਂਗੇ। ਹਾਂਜੀ, ਅਸੀਂ ਬੋਲੀ ਪਾਉਣੀ, ਆ ਜਾ ਜੂਜੂ ਆਪਾਂ ਨੱਚੀਏ। ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹ, ਤੁਸੀਂ ਕਹੋ ਮੇਰੇ ਮਾਮੂ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹ, ਅਸੀਂ ਸਾਰੇ ਜਾਵਾਂਗੇ, ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਦੇ ਮੰਗ ਲਿਆਵਾਂਗੇ, ਠੀਕ ਹੈ ਜੀ। ਯਾਰ ਯਾਰ ਦੇ ਮਾਮਾ ਜੀ ਦਾ ਵਿਆਹ ਹੈਗਾ ਬਈ, ਅਸੀਂ ਕੋਟ ਪੈਂਟ ਬੰਨਣਾ ਦੇ ਆਏ, ਚਲੀਏ ਪਾਉਣ, ਚਲੋ ਜੀ ਘਰੇ ਚਲੀਏ।
ਲਓ ਬਈ, ਮੂਵੀ ਦੇਖਣ ਤੋਂ ਬਾਅਦ ਹੁਣ ਅਸੀਂ ਹਾਜ਼ਰ ਨਾਜ਼ਰ ਹੋ ਗਏ ਹਾਂ ਬੁਟੀਕ ਤੇ। ਠੀਕ ਹੈ, ਬੁਟੀਕ ਦਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਪਿਛਲੇ ਵਲੌਗ ਨੂੰ ਬੜਾ ਪਿਆਰ ਦਿੱਤਾ ਤੁਸੀਂ, ਉਹਦੇ ਵਿੱਚ ਮੈਂ ਆਪਦੀ ਸਾਰੀ ਆਊਟਫਿਟ ਦਿਖਾਈ ਸੀ ਤੁਹਾਨੂੰ, ਜੀਨਸ ਵਾਲੀ। ਠੀਕ ਹੈ, ਹੁਣ ਤੁਸੀਂ ਟੋਪ ਦੀ ਕਹਿ ਰਹੇ ਸੀਗੇ ਵੀ ਜਿਹੜੇ ਟੋਪ ਵਗੈਰਾ ਨੇ ਉਹ ਵੀ, ਠੀਕ ਹੈ, ਸਾਨੂੰ ਕਲੈਕਸ਼ਨ ਦਿਖਾਇਓ ਤੁਸੀਂ, ਤਾਂ ਜ਼ਰੂਰ ਦਿਖਾਵਾਂਗੇ ਬਾਈ ਤੁਹਾਨੂੰ। ਠੀਕ ਹੈ, ਅਤੇ ਆਪਣੇ ਕੋਲ ਆਹ ਵਾਲਾ ਸੂਟ ਰੈਡੀ ਹੋਇਆ ਗਾ ਜੀ। ਠੀਕ ਹੈ, ਜਿਹੜਾ ਮਹਿੰਦੀ ਵਾਲਾ ਸੂਟ ਸੀਗਾ ਇਹ ਵਾਲਾ ਕਿਸੇ ਨੇ ਰੈਡੀ ਕਰਵਾਇਆ ਗਾ ਪਿੰਕ ਕਲਰ ਦੇ ਵਿੱਚ, ਮਜੈਂਟਾ ਕਲਰ ਦੇ ਵਿੱਚ। ਠੀਕ ਹੈ, ਦੇਖੋ ਆਹ ਵਾਲਾ ਦੁਪੱਟਾ ਕਰਵਾਇਆ ਉਹਨਾਂ ਨੇ। ਠੀਕ ਹੈ, ਇਹ ਸੇਮ ਸੂਟ ਉਹਨਾਂ ਨੇ ਮਜੈਂਟਾ ਕਲਰ 'ਤੇ ਤਿਆਰ ਕਰਵਾਇਆ। ਤੁਸੀਂ ਵੀ ਕਿਸੇ ਵੀ ਕਲਰ 'ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ, ਐਨੀ ਕਲਰ। ਠੀਕ ਹੈ, ਐਨੀ ਕਲਰ, ਜ਼ਰੂਰੀ ਨਹੀਂ ਜਿਹੜਾ ਕਲਰ ਮੈਂ ਪਾਇਆ ਉਹੀ, ਐਨੀ ਕਲਰ, ਕੋਈ ਵੀ ਕਲਰ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਬਾਈ। ਠੀਕ ਹੈ, ਇਹ ਮੈਂ ਤੁਹਾਨੂੰ ਦਿਖਾਉਣਾ ਸੀ ਸੂਟ ਤਾਂ ਦਿਖਾ ਦਿੰਦੀ ਹਾਂ। ਪ੍ਰੋਪਰ ਸਲਵਾਰ 'ਤੇ ਵੀ ਹੈਂਡ ਵਰਕ ਕੀਤਾ ਹੋਇਆ ਗਾ, ਸਫਾਈ ਤੁਸੀਂ ਦੇਖ ਸਕਦੇ ਹੋ, ਆਪਣੀ ਬਾਂਹ 'ਤੇ ਹੈਂਡ ਵਰਕ ਆ ਪ੍ਰੋਪਰ। ਠੀਕ ਹੈ, ਸਾਰੇ ਸੂਟ ਦੇ ਵਿੱਚ ਹੈਂਡ ਵਰਕ ਆ, ਕੋਈ ਕਮੀ ਪੇਸ਼ੀ ਨਹੀਂ, ਜਿਹਨੇ ਵੀ ਕਰਵਾਉਣਾ ਹੋਇਆ ਕਰਵਾ ਸਕਦੇ। ਬਾਕੀ ਆਹ ਵਾਲੇ ਸੂਟ ਨੇ ਜਿਹੜੇ, ਠੀਕ ਆ, ਇਹ ਤੁਹਾਨੂੰ ਪਤਾ ਇਹ ਆਊਟ ਆਫ ਸਟੋਕ ਹੋ ਗਿਆ ਆਪਣੇ ਕੋਲ, ਖਤਮ ਨੇ। ਠੀਕ ਹੈ, ਇਹ ਚਨੂਨ 'ਤੇ ਬਣਿਆ ਹੋਇਆ ਸੀਗਾ ਸੂਟ, ਸਲਵਾਰ 'ਤੇ ਵਰਕ ਕੀਤਾ ਹੋਇਆ। ਦੇਖੋ ਆਹ ਵਾਲਾ ਸੂਟ ਆ, ਇਹਦੀ ਵੀ ਸਲਵਾਰ 'ਤੇ ਵਰਕ ਕੀਤਾ ਹੋਇਆ, ਇਹ ਵੀ ਡਿਜ਼ਾਇਨ ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਦੇਖਿਆ ਹੋਇਆ, ਕੋਟਨ ਦਾ ਇਹ ਵੀ ਭੇਜਾਂਗੇ ਆਪਾਂ। ਆਹ ਵਾਲਾ ਵੀ ਕੋਟਨ ਦਾ ਮੇਰੇ ਕੋਲ ਵੈਸੇ ਹੀ ਪਿਆ ਸੀ, ਕੁੜੀ ਨੇ ਆਪਦੀ ਮਰਜ਼ੀ ਨਾਲ ਤਿਆਰ ਕਰਵਾਇਆ। ਠੀਕ ਹੈ, ਇਹ ਵਾਲਾ ਭੇਜਣਾ ਆਪਾਂ, ਆਹ ਤੁਸੀਂ ਦੇਖ ਚੁੱਕੇ ਹੋ ਬਹੁਤ ਵਾਰ। ਠੀਕ ਹੈ, ਇਹ ਵੀ ਕੁੜੀ ਦਾ ਸੂਟ ਤਿਆਰ ਹੋ ਗਿਆ, ਇਹ ਵੀ ਆਪਾਂ ਭੇਜਣਾ ਗਾ, ਬਲੈਕ ਕਲਰ 'ਤੇ ਪਿਓਰ ਕਰੇਵ 'ਤੇ ਹੋਇਆ ਹੈਂਡ ਵਰਕ। ਇਹ ਸੂਟ ਦਾ ਡਿਜ਼ਾਇਨ ਮੈਂ ਤੁਹਾਨੂੰ ਬਹੁਤ ਵਾਰ ਦਿਖਾ ਚੁੱਕੀ ਹਾਂ ਇੰਸਟਾਗ੍ਰਾਮ 'ਤੇ, ਇਹਦੀ ਫੋਟੋ ਪਈ ਹੈ ਜੀ ਦੇਖਣ। ਠੀਕ ਹੈ, ਦੈਨ ਇਸ ਤੋਂ ਬਾਅਦ ਆ ਰੋਇਲ ਬਲੂ ਵਾਲਾ ਸੂਟ ਹੈ। ਠੀਕ ਹੈ, ਇਹ ਵੀ ਮੈਂ ਤੁਹਾਨੂੰ ਕੱਲ੍ਹ ਬਲੌਗ ਦੇ ਵਿੱਚ ਦਿਖਾਇਆ ਸੀਗਾ, ਬਹੁਤ ਸੋਹਣਾ ਸੂਟ ਹੈ, ਇਹ ਵੀ ਬਹੁਤ ਪਿਆਰਾ ਗਾ। ਦੈਨ ਇਸ ਤੋਂ ਬਾਅਦ ਆ ਗਿਆ ਆਹ ਵਾਲੇ 3 ਸੂਟ ਪਵੀ ਦੇ ਰੈਡੀ ਕੀਤੇ ਸੀ ਆਪਾਂ, ਇਹਦੀ ਫੋਟੋ ਆਪਾਂ ਤੁਹਾਨੂੰ ਦਿਖਾਉਣੀ ਆ। ਠੀਕ ਹੈ, ਅਜੇ ਮੈਂ ਤੋਂ ਦਿਖਾ ਨਹੀਂ ਗਈ। ਅਤੇ ਆਹ ਵਾਲੇ ਸੂਟ ਆ ਜਿਹੜੇ, ਇਹ ਵੀ ਤੁਸੀਂ ਮੇਰੇ ਦੇਖਿਆ ਹੋਇਆ ਗਾ ਪਾਇਆ, ਇਹਦੇ ਨਾਲ ਦੇ ਸਾਰੇ ਪੀਸ ਕੰਪਲੀਟ ਹੋ ਗਏ ਆ। ਠੀਕ ਹੈ, ਇੱਕ ਸੂਟ ਮੇਰੇ ਵਾਲੇ ਨਾਲ ਦਾ ਡਿਸਪੈਚ ਹੋ ਗਿਆ ਸੀ ਪਹਿਲਾਂ ਹੀ। ਠੀਕ ਹੈ, ਇੱਕ ਸੂਟ ਆ ਪਿਆ, ਇਹ ਵੀ ਆਪਾਂ ਡਿਸਪੈਚ ਕਰਨਾ ਅੱਜ, ਦੇਖਦੇ ਹਾਂ ਆਪਾਂ। ਅਤੇ ਦੈਨ ਇਸ ਤੋਂ ਬਾਅਦ ਆਹ ਵਾਲਾ ਵੀ ਪਵੀ ਦਾ ਸੂਟ ਸੀਗਾ। ਠੀਕ ਹੈ, ਅਤੇ ਇੱਕ ਪਵੀ ਦਾ ਸੂਟ ਮੇਰੇ ਵਾਲੇ ਇਹਦੇ ਨਾਲ ਦਾ ਬਲਿਊ ਨਾਲ ਦਾ, ਉਹ ਵੀ ਡਿਸਪੈਚ ਕਰਨਾ। ਇਹਦੀ ਵੀ ਮੈਂ ਤੁਹਾਨੂੰ ਫੋਟੋ ਕੱਲ੍ਹ ਜਿਹੜੀ ਹੈਗੀ ਆ ਦਿਖਾਇਆ ਸੀਗਾ ਬਲੌਗ ਦੇ ਵਿੱਚ, ਤੁਸੀਂ ਦੇਖਿਆ ਵੀ ਸੀਗਾ। ਠੀਕ ਹੈ, ਆਹ ਵਾਲੇ ਸੂਟ ਆ, ਇਹ ਵੀ ਅੱਜ ਆਪਾਂ ਪਾਰਸਲ ਕਰ ਦੇਣੇ ਆ। ਠੀਕ ਆ, ਅਤੇ ਬਾਕੀ ਹੋਰ 2-3 ਪੀਸ ਸੀਗੇ ਉਹ ਪਿਆ ਰਸਟ ਔਰੇਂਜ, ਉਹ ਵੀ ਆਪਾਂ ਪਾਰਸਲ ਕਰ ਦੇਣਾ। ਅਤੇ ਇਹਦੇ ਵਿੱਚ ਬਾਈ ਜਿਹੜਾ ਆਹ ਸੂਟ ਆ ਨਾ, ਇਹਦੇ ਵਿੱਚ 3 ਸੂਟ ਆਪਣੇ ਕੋਲ ਰੈਡੀ ਪਿਆ, ਜੇ ਕਿਸੇ ਨੇ ਕਰਾਉਣਾ ਮੈਂ ਫੋਟੋ ਦਿਖਾ ਦਿੰਦੀ ਹਾਂ ਤੁਹਾਨੂੰ। ਲਓ ਜੀ, ਆਹ ਵਾਲਾ ਹੈਗਾ ਬੋਟਮ 'ਤੇ ਵਰਕ, ਆਹ ਹੈਗੀ ਇਹਦੇ ਨਾਲ ਸ਼ਰਟ, ਇਹਦੇ ਨਾਲ ਦੁਪੱਟਾ ਬਲੈਕ ਕਰ ਦਾਂਗੇ ਨਾ, ਬਹੁਤ ਸੋਹਣਾ ਲੱਗੂ। ਆਹ ਹੈਗੀ ਬੋਟਮ, ਆਹ ਹੈਗੀ ਆ ਸ਼ਰਟ, ਇੱਕ ਤਾਂ ਇਹਦੇ ਵਿੱਚ ਆਹ ਸੂਟ ਰਹਿ ਗਿਆ, ਇੱਕ ਆਹ ਰਹਿ ਗਿਆ, ਆਹ ਬੋਟਮ ਆ, ਆਹ ਸ਼ਰਟ ਆ, ਇੱਕ ਇਹ 'ਚ ਹੋਰ ਰਹਿ ਗਿਆ ਬਲੈਕ ਕਲਰ ਦਾ। 3 ਹੀ ਸੂਟ ਰਹਿ ਗਏ ਇਹਦੇ ਵਿੱਚ, ਇਹ 3 ਨਾ ਉਦੋਂ ਰੈਡੀ ਨਹੀਂ ਸੀ, ਜਿਹੜੇ ਤਾਂ ਉਦੋਂ ਰੈਡੀ ਸੀ ਉਹ ਤਾਂ ਸਾਰੇ ਵਿਕ ਗਏ, ਇਹਨੇ ਬਾਅਦ 'ਚ ਰੈਡੀ ਕਰਵਾਏ ਆ। ਇੱਕ ਆਹ ਵਾਲਾ ਗਾ ਇਹਦੇ ਵਿੱਚ ਰਹਿ ਗਿਆ ਪੈਂਡਿੰਗ ਆ, ਜਿਹੜਾ ਆਹ ਸ਼ਰਟ ਆ ਅਤੇ ਆਹ ਬੋਟਮ, ਆਹ ਵਾਲੀ ਬੋਟਮ। ਠੀਕ ਹੈ, ਆਹ ਸ਼ਰਟ ਆ, ਇਹ ਨਾਲ ਲਾਈਟ ਸਕਾਈ ਬਲੂ ਦੁਪੱਟਾ ਕਰਵਾ ਦਾਂਗੇ ਆਪਾਂ, ਸੋਹਣਾ ਬਹੁਤ ਲੱਗੂਗਾ। ਆਹ 3 ਰਹਿ ਗਏ, 1, 2, 3, ਬਸ ਇਦੂ ਬਾਅਦ ਇਹ ਸਟੋਕ ਖਤਮ ਆ, ਹੈ ਨਹੀਂ ਗਾ। ਲਓ ਬਈ, ਆਹ ਵਾਲੇ ਸੂਟ ਤਿਆਰ ਕੀਤੇ ਆ। ਠੀਕ ਹੈ, ਇਹਦੇ ਵਿੱਚ ਕੀ ਆ ਹੁਣ, ਜਿਵੇਂ ਇਹਦੇ ਨਾਲ ਆਹ ਵਾਲੀ ਸਲਵਾਰ ਸੀਗੀ, ਠੀਕ ਹੈ, ਇਹ ਵਾਲਾ ਵੀ ਆਪਣਾ ਸੂਟ ਸੇਲ ਹੋ ਗਿਆ, ਚੁੰਨੀ ਦੇ ਨੀਚੇ ਕੱਟ ਵਰਕ ਆ, ਸੇਮ ਚੀਜ਼ ਹੀ ਆਹ ਵਾਲੀ ਜਿਹੜੀ ਬਣੀ ਹੋਈ ਸੀ, ਇਹ ਵਾਲਾ ਸੂਟ ਵੀ ਆਪਣਾ ਆਊਟ ਆਫ ਸਟੋਕ ਆ। ਠੀਕ ਹੈ, ਇੱਕ ਇਹਦੇ ਨਾਲ ਤਾਂ ਬਣ ਕੇ ਪਹਿਲਾਂ ਚਲਾ ਗਿਆ। ਠੀਕ ਹੈ, ਇਹਦੇ ਨਾਲ ਸੇਮ ਮਹਿਰੂਨ ਦੁਪੱਟਾ, ਉੱਥੇ ਕਰੀਮ ਦਾ ਕੱਟ ਵਰਕ ਆ, ਸੇਮ ਹੀ ਆਹ ਸੂਟ ਤਿਆਰ ਕੀਤਾ ਗਾ, ਬਲਿਊ ਕਲਰ ਦਾ ਨਾਲ ਯੈਲੋ ਸਲਵਾਰ। ਠੀਕ ਹੈ, ਸੇਮ ਵਰਕ ਆ ਜਿੱਦਾਂ ਆਹ ਵਾਲਾ ਗਾ,
ਜਿਵੇਂ ਆਹ ਵਾਲਾ ਵਰਕ ਆ ਸੇਮ ਆ ਇਹ, ਮੈਂ ਇੱਦਾਂ ਦਿਖਾਇਆ ਖੋਲ ਕੇ, ਇਹਦੇ ਵਿੱਚ ਬੋਟਮ ਬਣੀ ਪਈ ਆ, ਠੀਕ ਹੈ, ਅਤੇ ਇਹਦੇ ਵਿੱਚ ਬਈ ਜਿਹੜੇ ਆ ਸੂਟ ਬਣੇ ਹੋਏ ਆ, ਠੀਕ ਆ, ਆਹ ਤਾਂ ਸਾਰੇ ਵਿਕ ਗਏ, ਆਹ ਵਿਕ ਗਿਆ, ਇੱਕ ਹੋਰ ਹੈਗਾ ਮਾਊਸ ਕਲਰ ਦਾ ਉਹ ਵੀ ਵਿਕ ਗਿਆ, ਉਹ ਚਲਾ ਗਿਆ, ਠੀਕ ਹੈ, ਇੱਕ ਹੋਰ ਸੂਟ ਆ ਪਿੰਕ ਕਲਰ ਦਾ ਉਹ ਵੀ ਬਣ ਗਿਆ, ਉਹ ਵੀ ਵਿਕ ਗਿਆ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਠੀਕ ਹੈ, ਇਹ ਸਾਰੇ ਸੂਟ ਵਿਕ ਗਏ ਆਪਣੇ ਟੋਟਲ, ਆਹ ਵਾਲੇ ਸਾਰੇ, ਇਹਦੇ ਵਿੱਚ ਆਪਣੇ ਕੋਲ ਆਹ ਤਿੰਨ ਰਹਿ ਗਏ, ਇੱਕ ਦੋ ਤਿੰਨ, ਇਹਦੇ ਨਾਲ ਦੁਪੱਟਾ ਲਾਵਾਂਗੇ ਬਲੈਕ ਕਲਰ ਦਾ, ਸਕਾਈ ਕਲਰ ਦਾ ਕੱਟ ਵਰਕ ਹੋਜੂ, ਇਹਦੇ ਨਾਲ ਜਿਹੜਾ ਦੁਪੱਟਾ ਲਾਵਾਂਗੇ ਉਹ ਠੀਕ ਆ ਬਲਿਊ ਕਲਰ ਦਾ, ਸਕਾਈ ਬਲਿਊ ਕਲਰ ਦਾ, ਉਹ 'ਤੇ ਯੈਲੋ ਕੱਟ ਵਰਕ ਹੋਜੂ ਜਾਂ ਡਾਰਕ ਬਲਿਊ ਹੋਜੂ, ਇਹਦੇ ਨਾਲ ਜਿਹੜਾ ਸਕਾਈ ਬਲਿਊ ਲਾਵਾਂਗੇ ਦੁਪੱਟਾ ਆਹ ਫਰੋਜੀ ਜਿਹਾ, ਉਹ 'ਤੇ ਬਲੈਕ ਕਲਰ ਦਾ ਕੱਟ ਵਰਕ ਹੋਜੂ ਜਾਂ ਪਰਪਲ ਕਲਰ ਦਾ, ਠੀਕ ਹੈ, ਇਹ ਤਿੰਨੇ ਸੂਟ ਹੀ ਰਹਿ ਗਏ ਇਹਦੇ ਵਿੱਚ, ਜੇ ਕਿਸੇ ਨੂੰ ਚਾਹੀਦੇ ਹੋਣਗੇ ਤਾਂ ਜ਼ਰੂਰ ਬਾਈ ਮੈਸੇਜ ਕਰ ਸਕਦੇ, ਇੱਕ ਦੋ ਤਿੰਨ, ਅਤੇ ਇੱਕ ਆਪਣਾ ਭੇਜ ਤਾ ਆਪਾਂ ਕੋਰੀਅਰ ਕਰਤਾ, ਚੌਥਾ ਉਹ ਸੀਗਾ, ਠੀਕ ਹੈ, ਪੰਜਵਾਂ ਹੈਗਾ ਆਹ ਵਾਲਾ ਬਾਈ, ਚੈੱਕ ਕਰ ਸਕਦੇ ਹੋ ਤੁਸੀਂ, ਠੀਕ ਆ, ਪੰਜਵਾਂ ਹੈਗਾ ਆਹ ਵਾਲਾ ਸੂਟ ਪਿੰਕ ਕਲਰ 'ਤੇ ਬਣਾਇਆ ਹੋਇਆ ਗਾ, ਠੀਕ ਆ, ਅਤੇ ਛੇਵਾਂ ਸੂਟ ਆ ਜਿਹੜਾ ਉਹ ਸਟਿੱਚ ਹੋਈ ਜਾਂਦਾ, ਠੀਕ ਆ, ਕੁੱਲ ਮਿਲਾ ਕੇ ਇੱਕ ਚਲਾ ਗਿਆ, ਸੈਕਿੰਡ ਆਹ ਹੋ ਗਿਆ, ਥਰਡ ਉਹ ਹੋ ਗਿਆ, ਫੋਰਥ ਆਹ ਹੋ ਗਿਆ, ਫਿਫਥ ਆਹ ਹੋ ਗਿਆ, ਇੱਕ ਬਣੀ ਜਾਂਦਾ, ਛੇ ਸੂਟ ਟੋਟਲ ਆਪਣੇ ਕੋਲ, ਇਹ ਨੌ ਸੂਟ ਸੀਗੇ, ਠੀਕ ਹੈ, ਜਿਹਦੇ ਵਿੱਚੋਂ ਛੇ ਸੂਟ ਆ ਜਿਹੜੇ ਉਹ ਆਪਣੇ ਬਣ ਕੇ ਤਿਆਰ ਹੋ ਗਏ ਆ, ਠੀਕ ਆ, ਜਿਹਦੇ ਵਿੱਚੋਂ ਇੱਕ ਚਲਾ ਗਿਆ ਅਤੇ ਤਿੰਨ ਆ ਰਹਿ ਗਏ, ਆਹ ਤਿੰਨ ਲਿਫਟ ਆ, ਕਿਉਂਕਿ ਇਹ ਆਪਾਂ ਉਦੋਂ ਵਰਕ ਨਹੀਂ ਸੀ ਕਰਾਇਆ, ਉਹ ਟਾਈਮ ਵਰਕ ਰਹਿੰਦਾ ਸੀਗਾ, ਠੀਕ ਆ, ਜੇ ਕਿਸੇ ਨੇ ਬਾਏ ਕਰਨੇ ਹੋਣ ਤਾਂ ਬਾਈ ਕਰ ਸਕਦੇ ਹੋ ਤੁਸੀਂ, ਠੀਕ ਹੈ, ਕੰਟੈਕਟ ਨੰਬਰ 6231371776, ਉਹ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਆਹ ਨਵੇਂ ਨਵੇਂ ਚੀਜ਼ਾਂ ਨੇ, ਨਵੇਂ ਨਵੇਂ ਡਿਜ਼ਾਈਨ ਬਣੇ ਹੋਏ ਆ, ਠੀਕ ਹੈ, ਕਿਸੇ ਨੇ ਇਹ ਬਾਏ ਕਰਨਾ ਤਾਂ ਕਰ ਸਕਦੇ ਹੋ, ਮੈਂ ਦਿਖਾਉਣਾ ਸੀ ਤੁਹਾਨੂੰ, ਸ਼ਰਟਾਂ ਜਿਹੜੀਆਂ ਹੈਗੀਆਂ ਸਾਰੀਆਂ ਲਾਈਨਿੰਗਾਂ ਲੱਗ ਕੇ ਬਣੀਆਂ ਹੋਈਆਂ, ਲਾਈਨਿੰਗ ਲੱਗੀ ਹੋਈ ਆ, ਬੋਟਮ ਦੇ ਵਿੱਚ ਨਹੀਂ ਲਾਈਨਿੰਗ ਲੱਗੀ, ਬਟ ਜੇ ਕਿਸੇ ਨੇ ਲਵਾਉਣੀ ਆ ਲਵਾ ਸਕਦੇ ਹੋ, ਦੁਪੱਟੇ ਸਾਰਿਆਂ ਨਾਲ ਔਰਗੈਂਜ਼ਾ ਦੇ ਆ, ਇਹਦੇ ਨਾਲ ਦੁਪੱਟਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਜੇ ਔਰਗੈਂਜ਼ਾ ਨਹੀਂ ਲੈਂਦੇ ਤਾਂ, ਠੀਕ ਹੈ। ਹਾਂਜੀ ਬਾਈ, ਇੱਕ ਆਹ ਵਾਲਾ ਸੂਟ ਤੁਸੀਂ ਮੇਰਾ ਦੇਖਿਆ ਗਾ, ਇੱਕ ਮੇਰਾ ਸੀਗਾ, ਇੱਕ ਪਵੀ ਨੇ ਤਿਆਰ ਕਰਵਾਇਆ ਗਾ, ਠੀਕ ਹੈ, ਸਲਵਾਰ ਡਿਜ਼ਾਈਨ ਆ ਸੀ, ਇਹਦੇ ਵਿੱਚ ਆਪਣੇ ਕੋਲ ਜਸਟ ਇੱਕ ਸੂਟ ਪੈਂਡਿੰਗ ਆਪਣ, ਜੇ ਤੁਸੀਂ ਲੈਣਾ ਗਾ ਉਹ ਆਹ ਵਾਲਾ ਗਾ ਨੇਵੀ ਕਲਰ ਦੇ ਵਿੱਚ, ਇਹ ਰੋਇਲ ਬਲਿਊ ਸੀ, ਇਹ ਨੇਵੀ ਕਲਰ ਆ, ਠੀਕ ਹੈ, ਜੇ ਕਿਸੇ ਨੇ ਬਾਏ ਕਰਨਾ ਤਾਂ ਤੁਸੀਂ ਕਰ ਸਕਦੇ ਹੋ, ਕੋਟਨ ਦਾ ਸਟਾਫ ਆ, ਨਾਲ ਔਰਗੈਂਜ਼ਾ ਦਾ ਦੁਪੱਟਾ ਹੋਊਗਾ, ਉਹ ਵਾਈਟ ਕਲਰ ਦਾ ਹੀ ਹੋਊਗਾ, ਠੀਕ ਹੈ ਬਾਈ, ਜੇ ਕਿਸੇ ਨੇ ਲੈਣਾ ਹੋਇਆ ਤਾਂ ਤੁਸੀਂ ਲੈ ਸਕਦੇ। ਹਾਂਜੀ ਲਓ ਬਾਈ, ਅਤੇ ਜਿਹੜਾ ਸੂਟ ਆਪਣਾ ਉਹ ਰੈਡੀ ਸੀਗਾ, ਠੀਕ ਆ, ਤਾਂ ਆਹ ਵਾਲਾ ਸੂਟ ਆਪਣਾ ਰੈਡੀ ਸੀਗਾ, ਅਤੇ ਇਹਦੇ ਵਿੱਚ ਆਹ ਤਾਂ ਹੁਣ ਹੋ ਗਿਆ ਡਿਸਪਲੇ 'ਚ ਖਤਮ ਆਏ ਤਾਂ, ਠੀਕ ਆ, ਇਹ ਤਾਂ ਆਊਟ ਆਫ ਸਟੋਕ ਹੋ ਗਿਆ ਸਾਰਾ, ਬਟ ਇਹਦੇ ਵਿੱਚ ਦੋ ਸੂਟ ਆਪਣੇ ਕੋਲ ਰੈਡੀ ਪਏ ਨੇ ਜੀ, ਜਿਹੜੇ ਆਪਾਂ ਸੇਲ ਵਾਸਤੇ ਹੀ ਰੈਡੀ ਕੀਤੇ ਨੇ, ਵੀ ਤਾਂ ਤੁਹਾਨੂੰ ਇਹ ਡਿਜ਼ਾਈਨ ਬਹੁਤ ਪਸੰਦ ਆਇਆ ਸੀ, ਇੱਕ ਤਾਂ ਆਪਾਂ ਇਹ 'ਤੇ ਬਣਾਇਆ ਆਹ ਸ਼ਰਟ ਆ ਸਲਵਾਰ ਆ, ਇੱਕ ਆਪਾਂ ਇਹ 'ਤੇ ਬਣਾਇਆ ਆਹ ਸਲਵਾਰ ਆ ਜੀ, ਆਹ ਸ਼ਰਟ ਆ, ਕਿਸੇ ਨੂੰ ਵੀ ਇਹ ਸੂਟ ਚਾਹੀਦਾ ਹੋਇਆ ਤਾਂ ਜ਼ਰੂਰ ਦੱਸਿਓ ਜੀ, DM ਕਰ ਸਕਦੇ ਹੋ ਤੁਸੀਂ, ਠੀਕ ਆ, ਖਰੀਦ ਸਕਦੇ ਹੋ, ਠੀਕ ਹੈ ਜੀ। ਲਓ ਬਾਈ, ਇਹ ਵਾਲੇ ਸੂਟ ਹੋ ਗਏ ਆਪਣੇ ਡਿਸਪੈਚ ਸਾਰੇ, ਠੀਕ ਆ, ਇੱਕ ਵਾਰੀ ਤਾਂ ਆਪਾਂ ਇਹ ਵਾਲੇ ਭੇਜਦੇ ਹਾਂ, ਠੀਕ ਆ, ਇਹਨਾਂ 'ਚੋਂ ਕੈਨੇਡਾ ਅਤੇ ਆਸਟ੍ਰੇਲੀਆ ਦੇ ਡਿਸਪੈਚ ਨੇ ਅਤੇ ਇੰਡੀਆ ਦੇ ਵੀ ਨੇ, ਠੀਕ ਆ, ਇਹ ਆਪਾਂ ਪਹਿਲਾਂ ਡਿਸਪੈਚ ਕਰ ਦਈਏ, ਬਾਕੀ ਜਿਹੜੇ ਸੂਟ ਆ ਹੋਰ ਵੀ ਅੱਜ ਡਿਸਪੈਚ ਕਰਨੇ ਆ ਤਾਂ ਉਹਨਾਂ ਦੀਆਂ ਫੋਟੋਜ਼ ਵੀਡੀਓਜ਼ ਆਪਾਂ ਅਲੱਗ ਤੋਂ ਬਣਾਉਣੇ ਆ, ਪਹਿਲਾਂ ਆਪਾਂ ਇੰਨੀ ਕੁ ਪੈਕਿੰਗ ਕਰਕੇ ਰੱਖ ਦਈਏ, ਫਿਰ ਉਹ ਕੰਮ ਆਪਾਂ ਅਲੱਗ ਤੋਂ ਕਰਦੇ ਹਾਂ, ਠੀਕ ਆ, ਇਹ ਨਿਕਲ ਰਹੇ ਨੇ ਆਪਣੇ ਅੱਜ ਸੂਟ, ਕਿਸੇ ਨੇ ਵੀ ਔਡਰ ਕਰਨਾ ਮੈਂ ਤੁਹਾਨੂੰ ਦੱਸਿਆ ਹੋਇਆ ਗਾ, ਜਿਵੇਂ ਆਹ ਹੈਵੀ ਸੂਟ ਨੇ, ਠੀਕ ਆ, ਇੱਦਾਂ ਦੇ ਤੁਸੀਂ, ਜਿਵੇਂ ਹੁਣ ਮੇਰੇ ਭਰਾ ਦਾ ਵਿਆਹ ਆ ਰਿਹਾ ਤਾਂ ਮੈਂ ਵੀ ਉਹਨਾਂ ਵਾਸਤੇ ਤਿਆਰ ਵੀ ਕਰ ਰਹੀ ਹਾਂ, ਇਹ ਹੈਂਡਵਰਕ ਵਾਲੇ ਸੂਟ ਨਵੇਂ ਆ, ਆਹ ਵਾਲਾ ਤੁਸੀਂ ਮੈਰਿਜ ਲਈ ਤਿਆਰ ਕਰਵਾ ਸਕਦੇ ਹੋ, ਬਲੈਕ ਹੈਂਡਵਰਕ ਵਾਲਾ ਸੂਟ ਆ, ਇਹ ਮੈਰਿਜ 'ਤੇ ਤੁਸੀਂ ਤਿਆਰ ਕਰਵਾ ਸਕਦੇ ਹੋ, ਮਹਿੰਦੀ ਵਾਲਾ ਮੈਰਿਜ 'ਤੇ ਤਿਆਰ ਕਰਵਾ ਸਕਦੇ ਹੋ, ਰੋਇਲ ਬਲੂ ਵਾਲਾ ਮੈਰਿਜ 'ਤੇ ਤਿਆਰ ਕਰਵਾ ਸਕਦੇ ਹੋ, ਸਾਰੇ ਹੈਂਡਵਰਕ ਦੇ ਪੀਸ ਆ,
ਆ ਰਿਹਾ, ਇਹਨੂੰ ਵੀ ਤੁਸੀਂ ਮੈਰਿਜ ਲਈ ਤਿਆਰ ਕਰਵਾ ਸਕਦੇ ਹੋ। ਹੋਰ ਬਹੁਤ ਸੂਟ ਪਏ ਨੇ ਹੈਵੀ ਹੈਵੀ ਜਿਨ੍ਹਾਂ ਨੂੰ ਡਿਸਪੈਚ ਕਰਨਾ ਅੱਜ, ਤਾਂ ਪਹਿਲਾਂ ਮੈਂ ਆਹ ਵਾਲਾ ਕੰਮ ਕੰਪਲੀਟ ਕਰਨਾ, ਫਿਰ ਤੁਹਾਨੂੰ ਮੈਂ ਦੂਸਰੇ ਵੀ ਦਿਖਾਉਣੀ ਆ ਸਾਰੇ ਸੂਟ। ਪਹਿਲਾਂ ਆਪਾਂ ਆਹ ਜਿਹੜੇ ਅੱਜ ਭੇਜਣੇ ਨੇ ਉਹਨਾਂ ਨੂੰ ਆਪਾਂ ਪੈਕਿੰਗ ਕਰ ਦਈਏ, ਡਨ। ਹਾਂਜੀ ਬਈ, ਅਤੇ ਇੱਕ ਸੂਟ ਆਪਾਂ ਆਹ ਵੀ ਤਿਆਰ ਕੀਤਾ ਗਾ, ਠੀਕ ਆ। ਅਤੇ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਟਾਪਟਾ ਲੱਗਿਆ ਗਾ, ਟਾਪਟਾ ਲਗਾ ਕੇ ਹੀ ਤਿਆਰ ਕੀਤਾ ਗਿਆ ਗਾ, ਬਿਕੋਜ਼ ਕੱਪੜਾ ਪਤਲਾ ਸੀਗਾ, ਠੀਕ ਆ। ਲੇਸ ਲੱਗੀ ਹੋਈ ਹੈ ਫਰੰਟ 'ਤੇ, ਅਤੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਸੂਟ ਤਿਆਰ ਹੋਇਆ ਗਾ, ਚੈੱਕ ਕਰ ਸਕਦੇ ਹੋ ਤੁਸੀਂ, ਠੀਕ ਹੈ। ਹੈਂਡ ਵਰਕ ਹੋਇਆ, ਸੇਮ ਸੂਟ ਹੀ ਮੈਂ ਆਪਦੀ ਭਾਬੀ ਦਾ ਤਿਆਰ ਕੀਤਾ ਗਾ, ਉਹਦੇ ਵਿੱਚ ਕਲਰ ਲਵੈਂਡਰ ਕਲਰ ਦਾ ਗਾ। ਉਹਦੇ ਨਾਲ ਮੈਂ ਮਹਿਰੂਨ ਦੁਪੱਟਾ ਕਰਤਾ, ਕਿਉਂਕਿ ਇੱਥੋਂ ਮੈਰਿਜ ਹੁਣੇ ਹੁਣੇ ਹੋਊਗੀ, ਤਾਂ ਫਿਰ ਉਹਦੇ ਕਰਕੇ ਮੇਰੇ ਠੀਕ ਹੈ ਦਿਮਾਗ 'ਚ ਆਇਆ ਵੀ ਲਾਈਟ ਦੁਪੱਟਾ ਨਾ ਕਰੂੰਗੀ। ਆਹ ਵਾਲਾ ਇਹਦੇ ਨਾਲ ਸਲਵਾਰ ਆ ਬਾਈ, ਬੋਟਮ 'ਤੇ ਵਰਕ ਆ, ਆਹ ਦੁਪੱਟਾ ਗਾ ਪਿਓਰ ਔਰਗੈਂਜ਼ਾ ਗਾ। ਹਾਂਜੀ ਆਹ ਵਾਲਾ ਸੂਟ ਵੀ ਚਲੋ ਮੈਂ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੀ ਹਾਂ। ਦੇਖੋ ਬਾਈ, ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ, ਇਹਦੇ ਨਾਲ ਤਾਂ ਇੱਕ ਪੀਸ ਆਪਣੇ ਕੋਲ ਹੈਗਾ ਗਾ ਕੁੜਤਾ ਸਟਾਈਲ ਬਣਿਆ ਹੋਇਆ ਇੱਥੇ ਬਲ ਪਾ ਕੇ, ਇੱਕ ਪੀਸ ਆਪਣੇ ਕੋਲ ਪਿਆ ਚਨੂਨ ਦਾ ਦੁਪੱਟਾ, ਜੋਰਜਟ ਦਾ ਸਟਾਫ ਆ, ਵਿਸਕੋਸ ਪਿਓਰ, ਠੀਕ ਆ। ਕਿਸੇ ਨੇ ਵੀ ਲੈਣਾ ਤਾਂ ਬਾਏ ਕਰ ਸਕਦੇ। ਲਓ ਬਾਈ, ਹੁਣ ਆਪਾਂ ਤੁਹਾਡੇ ਨਾਲ ਕਰ ਲਈਏ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ, ਠੀਕ ਆ। ਕਾਫੀ ਸਾਰੇ ਤੁਹਾਡੇ ਕਮੈਂਟ ਆਏ ਹੋਏ ਨੇ, ਫਿਰ ਮੈਂ 4 ਬਲੌਗ ਪਾ ਤੇ ਰਿਪਲਾਈ ਹੀ ਨਹੀਂ ਹੋਇਆ ਤੁਹਾਡੇ ਕਮੈਂਟਸ ਦਾ, ਤਾਂ ਹੁਣ ਆਪਾਂ ਕਮੈਂਟਸ ਦਾ ਵੀ ਰਿਪਲਾਈ ਕਰ ਲਈਏ। ਰਣਵਿੰਦਰ ਸਿੰਘ ਜੀ ਵੀ ਅੱਜ ਉਲਝੇ ਹੋਏ ਸੀਗੇ, ਆ ਗਏ ਨੇ, ਪਹੁੰਚ ਚੁੱਕੇ ਨੇ, ਤਾਂ ਮੈਂ ਤੁਹਾਡੇ ਕਮੈਂਟਸ ਦਾ ਰਿਪਲਾਈ ਕਰਦਾ, ਹੈ ਨਾ। ਚਲੋ ਦੇਖਦੇ ਹਾਂ ਕਮੈਂਟ ਕਿਹੜੇ ਕਿਹੜੇ ਆਏ ਹੋਏ ਨੇ, ਚੈੱਕ ਕਰ ਲਈਏ ਆਪਾਂ ਇੱਕ ਵਾਰੀ। ਹਾਂਜੀ ਬਾਈ, ਤਾਂ ਪਹਿਲਾਂ ਮੈਸੇਜ ਆਇਆ ਸੀ ਵੇਟ ਲੂਜ਼ ਬਾਰੇ ਦੱਸੋ, ਲਵ ਖੰਨਾ। ਵੇਟ ਕਿਵੇਂ ਘਟਾਉਣਾ ਉਹ ਮੈਂ ਤੁਹਾਨੂੰ ਦੱਸੂੰਗੀ, ਹਾਲੇ ਮੈਂ ਪ੍ਰੋਪਰ ਜਿਹੜਾ ਹੈਗਾ ਆਪਦਾ ਘਟਾ ਲਾਂ, ਫਿਰ ਦੱਸ ਦੂੰਗੀ ਤੁਹਾਨੂੰ। ਦੀਪ ਦੀ, ਜਿਹੜਾ ਤੁਹਾਡੇ ਕੋਲ ਲਾਈਟ ਬਰਾਊਨ ਟਰੋਜ਼ਰ ਆ ਸਟਰੇਟ ਫਿੱਟ, ਉਹ ਤੁਸੀਂ ਕਿੱਥੋਂ ਲਿਆ ਸੀ? ਉਹ ਲਿਆ ਸੀ ਜੀ ਆਪਾਂ ਬਰਨਾਲੇ ਤੋਂ, ਫੋਗ ਵਾਲਿਆਂ ਤੋਂ। ਪੁੱਛੋ ਮੰਡੀ 'ਚ ਆਊਟਲੈਟ ਵਿੱਚ ਟਿਮ ਪੈਰਿਸ, ਰਿੱਕੀ ਪੁੱਛੋ ਮੰਡੀ 'ਚ ਨਾ ਆਊਟਲੈਟ ਦੇ ਵਿੱਚ ਟਿਮ ਪੈਰਿਸ ਮੈਨ ਦੇ ਕਲੋਥ ਦਾ ਬਹੁਤ ਵਧੀਆ ਰੇਟ ਦੇ ਮਿਲਦੇ ਆ ਉੱਥੇ, ਕਹਿੰਦੇ ਜ਼ਰੂਰ ਜਾਇਓ ਟਿਮ ਪੈਰਿਸ। ਠੀਕ ਹੈ, ਜਿਹੜੀ ਵਧੀਆ ਲੱਗਦੀ ਅਸੀਂ ਉਹ ਗੱਡੀ ਲੈ ਜਾਂਗੇ। ਕੀ ਪਤਾ ਇਹ ਨਾ ਹੋਵੇ ਉੱਥੇ ਇਕੱਲੀ ਮਰੂਤੀ। ਫਿਰ ਰਿੱਕੀ ਮੇਰੀ ਗੱਲ ਸੁਣ। ਹਾਂਜੀ ਬਾਈ, ਤੇ ਦੂਸਰਾ ਦੀਦੀ ਤੁਹਾਡੇ ਟੋਪਸ ਦੀ ਕਲੈਕਸ਼ਨ, ਠੀਕ ਹੈ ਬਾਈ, ਟੋਪ ਦੀ ਕਲੈਕਸ਼ਨ ਕੱਲ ਵਾਲੇ ਬਲੌਗ ਤੇ ਦਿਖਾ ਦਾਂਗੇ ਆਪਾਂ ਤੁਹਾਨੂੰ, ਠੀਕ ਹੈ। ਇੱਕ ਦੀਦੀ ਤੁਹਾਡੀ ਬੈਡਿੰਗ ਦੀ ਐਲਬਮ, ਠੀਕ ਹੈ ਬਾਈ, ਉਹ ਵੀ ਦਿਖਾ ਦਾਂਗੇ ਦੀ। ਨਾਲੇ ਮੈਂ ਵੀ ਪੁੱਛਣਾ ਸੀ ਕਰਵਾ ਚੌਥ ਲਈ ਘੱਟ ਰੇਟ ਤੇ ਕਿਵੇਂ ਦੇ ਸੂਟ ਤਿਆਰ ਕਰਵਾ ਸਕਦੇ ਹਾਂ, ਪਲੇਨ ਸੂਟ ਕਿੱਦਾਂ ਦਾ ਤਿਆਰ ਕਰੀਏ, ਪਲੀਜ਼ ਦੀ ਰਿਪਲਾਈ ਕਰਿਓ। ਕਿੰਨੀ ਕੁ ਰੇਂਜ ਤੱਕ ਚਾਹੁੰਦੇ ਹੋ ਤੁਸੀਂ ਕਰਵਾ ਚੌਥ ਤੇ ਸੂਟ? ਤਾਂ ਉਨੀ ਕੁ ਰੇਂਜ ਤੱਕ ਆਪਾਂ ਤਿਆਰ ਕਰ ਦਿੰਦੇ ਹਾਂ, ਦੱਸੋ। ਦੀਦੀ ਸਲਵਾਰ ਦੀ ਕਟਿੰਗ ਜਲਦੀ ਦੱਸਾਂਗੇ ਜੀ, ਸ਼ੈਂਪੂ ਕਿਹੜਾ ਯੂਜ਼ ਕਰਦੇ? ਸ਼ੈਂਪੂ ਕਿਤੇ ਮੈਂ ਡਵ, ਕਿਤੇ ਲੋਰੀਅਲ ਦਾ, ਕਿਤੇ ਟ੍ਰੈਸਮੇ, ਆਹ ਯੂਜ਼ ਕਰ ਲੈਂਦੀ ਹਾਂ ਬਾਈ। ਅਤੇ ਦੀਦੀ ਜੋਰਜਟ ਫੈਬਰਿਕ ਦੇ ਕਮੀਜ਼ ਨਾਲ ਪਿਓਰ ਸਿਲਕ ਫੈਬਰਿਕ ਦੀ ਸਲਵਾਰ ਵਧੀਆ ਲੱਗੂ? ਹਾਂਜੀ, ਬਹੁਤ ਜ਼ਿਆਦਾ ਸੋਹਣੀ ਲੱਗੂਗੀ ਬਾਈ। ਲਿਪ ਬਾਮ ਦਾ ਨਾਮ ਦੱਸੋ ਪਲੀਜ਼, ਮੈਂ ਤਾਂ ਆਪ ਭੁੱਲ ਜਾਂਦੀ ਹਾਂ ਬਾਈ। ਤੁਹਾਡਾ ਨੰਬਰ 6831371170, ਇਹ ਵਾਲਾ ਜਿਹੜਾ ਹੈਗਾ ਮੇਰਾ ਔਡਰ ਵਾਲਾ ਨੰਬਰ ਹੈ, ਠੀਕ ਆ। ਅਤੇ ਵਟਸਐਪ 'ਤੇ ਜਿਨ੍ਹਾਂ ਦਾ ਜਵਾਬ ਨਹੀਂ ਦਿੱਤਾ ਬਾਈ, ਜਲਦੀ ਮੈਂ ਤੁਹਾਨੂੰ ਜਵਾਬ ਦਊਂਗੀ, ਸੋਰੀ, ਠੀਕ ਆ, ਜੇ ਲੇਟ ਹੋ ਗਈ ਮੈਂ ਰਿਪਲਾਈ ਕਰਨ ਦੇ ਵਿੱਚ, ਕਿਉਂਕਿ ਜੁਝਾਰ ਕਰਕੇ ਔਖਾ ਪੈਂਦਾ।
ਹੋਰ ਕੋਈ ਚੱਕਰ ਨਹੀਂ ਬਾਈ ਠੀਕ ਆ। ਇਹ ਸੀਗੇ ਪਿਛਲੇ ਬਲੌਗ 'ਤੇ ਕਮੈਂਟ, ਇੱਕ ਤੋਂ ਪਿਛਲੇ ਬਲੌਗਾਂ 'ਤੇ ਵੀ ਜਿਹੜੇ ਕਮੈਂਟ ਹੁੰਦੇ ਆ ਹਰ ਇੱਕ ਬਲੌਗ 'ਤੇ ਕਰਦੇ ਕਰੋ ਤੁਸੀਂ ਕਮੈਂਟ, ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਂ ਕੋਈ ਨਾ ਕੋਈ ਕਮੈਂਟ ਦਾ ਰਿਪਲਾਈ ਜ਼ਰੂਰ ਕਰੂੰਗੀ ਠੀਕ ਹੈ। ਹਾਂਜੀ ਬਾਈ, ਅਤੇ ਇਹ ਸੀਗੇ ਆਪਣੇ ਅੱਜ ਦੇ ਸੂਟ ਜਿੰਨੇ ਵੀ ਤੁਹਾਨੂੰ ਦਿਖਾਏ ਆ, ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਤਿਆਰ ਕਰਵਾ ਸਕਦੇ ਹੋ। ਸਾਰੀ ਡਿਟੇਲ ਮੈਂ ਤੁਹਾਨੂੰ ਦੇ ਗਈ ਸੂਟਾਂ ਦੀ, ਹੈ ਨਾ, ਕਿ ਕਿਹੜੇ ਫੈਬਰਿਕ 'ਤੇ ਬਣੇ ਹੋਏ ਆ, ਕਿਵੇਂ ਬਣੇ ਹੋਏ ਆ, ਤੁਸੀਂ ਕਿਸੇ ਵੀ ਫੈਬਰਿਕ 'ਤੇ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ। ਜਿਵੇਂ ਪਿਓਰ ਕਰੇਵ ਸਿਲਕ, ਜਿੰਨੀਆਂ ਵੀ ਤੁਸੀਂ ਮੈਰਿਜ ਫੰਕਸ਼ਨ ਲਈ ਆਪਣੇ ਕੋਲ ਕਾਫੀ ਕਲੈਕਸ਼ਨ ਆਪਣੀ ਰੈਡੀ ਆ, ਪਿਛਲੇ ਬਲੌਗ 'ਚ ਵੀ ਤੁਹਾਨੂੰ ਦਿਖਾਈ ਸੀ, ਸਾਰੀ ਨਿਊ ਕਲੈਕਸ਼ਨ ਆ ਠੀਕ ਹੈ। ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਅਤੇ ਵਟਸਐਪ 'ਤੇ ਤੁਸੀਂ ਭੇਜ ਸਕਦੇ ਹੋ। ਜੇ ਤੁਸੀਂ ਕਹਿੰਦੇ ਹੋ ਕਾਲ ਨਹੀਂ ਅਟੈਂਡ ਹੁੰਦੀ ਤਾਂ ਕਾਲ ਤਾਂ ਵੀ ਅਟੈਂਡ ਹੁੰਦੀ ਨਹੀਂ, ਤੁਸੀਂ ਮੈਸੇਜ ਕਰ ਦਿਆ ਕਰੋ ਵਟਸਐਪ 'ਤੇ। ਵਟਸਐਪ 'ਤੇ ਜਿਹੜਾ ਵੀ ਮੈਸੇਜ ਕਰੋਗੇ ਉਹ ਤੁਹਾਡਾ ਰਿਪਲਾਈ ਹੋ ਜਾਇਆ ਕਰੂਗਾ। ਜਿਵੇਂ ਹੁਣ ਕੋਟਨ ਦੇ ਸੂਟ ਵੀ ਆਪਣੇ ਕੋਲ ਵਿੱਚ ਪਏ ਆ, ਕਿਉਂਕਿ ਕਈ ਵਾਰ ਜਿਹੜੇ ਬਾਹਰਲੇ ਕਲਾਇੰਟ ਹੁੰਦੇ ਆ ਉਹ ਕਿਸੇ ਨਾ ਕਿਸੇ ਨੂੰ ਕੋਟਨ ਦੇ ਸੂਟ ਵੀ ਚਾਹੀਦੇ ਹੁੰਦੇ ਆ, ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਵਟਸਐਪ 'ਤੇ ਕੋਈ ਨਾ ਕੋਈ ਪੀਸ ਪਿਆ ਹੀ ਹੁੰਦਾ ਆਪਣੇ ਕੋਲ ਰੈਡੀ, ਅਤੇ ਹੈਂਡਵਰਕ ਦੇ ਵਿੱਚ ਵੀ ਜੇ ਕਿਸੇ ਨੂੰ ਐਮਰਜੈਂਸੀ ਕਈ ਵਾਰ ਕੋਈ ਪੀਸ ਚਾਹੀਦਾ ਹੁੰਦਾ ਤਾਂ ਹੈਂਡਵਰਕ ਦੇ ਵਿੱਚ ਵੀ ਆਪਣੇ ਕੋਲ ਰੈਡੀ ਪਿਆ ਹੁੰਦਾ। ਉਹਦੇ ਲਈ ਤੁਸੀਂ ਮੈਨੂੰ ਵਟਸਐਪ 'ਤੇ ਸਕਰੀਨਸ਼ੋਟ ਭੇਜਣਾ ਜਿਹੜੇ ਤੋਂ ਤੁਹਾਨੂੰ ਸੂਟ ਪਸੰਦ ਆ ਠੀਕ ਹੈ, ਫਿਰ ਮੈਂ ਤੁਹਾਨੂੰ ਸਾਰੇ ਸੂਟ ਦੀ ਡਿਟੇਲ ਦੂੰਗੀ, ਫਿਰ ਤੁਸੀਂ ਆਪਦਾ ਡਿਸਪੈਚ ਕਰਨਾ। ਅਤੇ ਮੈਂ ਤੁਹਾਨੂੰ ਕਿਹਾ ਸੀ ਵੀ ਘੱਟੋ ਘੱਟ ਫੰਕਸ਼ਨ ਤੋਂ 1.5-2 ਮਹੀਨੇ 3 ਮਹੀਨੇ ਪਹਿਲਾਂ ਹੀ ਔਡਰ ਬੁੱਕ ਕਰੋ ਤਾਂ ਜੋ ਤੁਹਾਡਾ ਪ੍ਰੋਪਰ ਸਹੀ ਟਾਈਮ 'ਤੇ ਔਡਰ ਤਿਆਰ ਹੋ ਜੇ। ਇਸ ਵਾਰ ਪਿਛਲਾ ਮਹੀਨਾ ਸਾਡੇ ਲਈ ਬਹੁਤ ਹੀ ਰਫ ਰਿਹਾ ਗਾ, ਕਿਉਂਕਿ ਸਾਡੇ ਟਾਈਮ 'ਤੇ ਔਡਰ ਵੀ ਨਹੀਂ ਕੰਪਲੀਟ ਹੋਏ ਸੀ, ਕੋਰੀਅਰ ਸਰਵਿਸ ਦੇ ਵਿੱਚ ਬੜੀ ਦਿੱਕਤ ਆ ਗਈ ਸੀ, ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਕਲਾਇੰਟਾਂ ਦੇ ਦੁਬਾਰੇ ਵੀ ਸੂਟ ਰੈਡੀ ਕਰਕੇ ਭੇਜਣੇ ਪਏ, ਜੋ ਕਿ ਕੋਰੀਅਰ ਸਰਵਿਸ ਖਰਾਬ ਹੋਣ ਕਰਕੇ ਮੇਰੇ ਸੂਟ ਵਾਪਸ ਨਹੀਂ ਆਏ ਸੀਗੇ ਠੀਕ ਹੈ। ਤਾਂ ਪਲੀਜ਼ ਥੋੜ੍ਹਾ ਜਿਹਾ ਪਹਿਲਾਂ ਔਡਰ ਦਿਓ ਤਾਂ ਜੋ ਆਪਾਂ ਟਾਈਮ 'ਤੇ ਕੰਪਲੀਟ ਕਰ ਸਕੀਏ। ਬਾਕੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਬਲੌਗ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਿਆ। ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ।